ਲੁਮਾਨ हां जी आगे तू इधर मोटरसाइकिल ते आण रिया है किथों आया मैं उधर तेरे बंदा मार के आया शिरक कर दे ज्यादा शिरक अच्छा शिरक का करदा है ते कहंदा है कि जिन्ने हाजी मुरा करना बुलार आ जी बुलार बाबा बैठा दे एदे सिर ते दुनिया चलन दी है एदे सिर ते सारे काम होन अच्छा मैं नहीं है गलत करन ने नहीं नहीं आ गल सही मैं अच्छा तू बाबे ने मानना ਮੈਂ ਬਾਬੇ ਨੂੰ ਕਿੰਨਾ ਕੁ ਮੰਨਣਾ ਤੂੰ ਆਂਦਾ ਬਾਬਾ ਮੇਰਾ ਮਾਂ ਪਿਓ ਰੱਬ ਸਭ ਕੁਛ ਮੇਰਾ ਉਹੀ ਹੈ ਬਾਬਾ ਹੀ ਹੈ ਬਾਬੇ ਤੋਂ ਇਲਾਵਾ ਨਹੀਂ ਮੈਂ ਕਿਸੇ ਨੂੰ ਮੰਨਦਾ ਮੈਂ ਵੀ ਨਹੀਂ ਸਹੀ ਮੈਂ ਗਲਤ ਕਰਨਾ ਮੈਨੂੰ ਭਰਾਵਾ ਇੰਜ ਦੀਆਂ ਗੱਲਾਂ ਮੇਰੇ ਨਾਲ ਕਰਦਾ ਜੀ ਕਿ ਮੇਰੇ ਬਾਬੇ ਵੱਲ ਆਈਏ ਮੇਰੇ ਬਾਬੇ ਨੂੰ ਮੰਨੇ ਕੁਰਾਨ ਹਦੀਸ ਛੱਡ ਕੇ ਤੇ ਮੇਰੇ ਬਾਬੇ ਵੱਲ ਨੂੰ ਆਈਏ ਮੈਂ ਤੁਹਾਨੂੰ ਇਸ ਗੱਲ ਤੁਹਾਨੂੰ ਮਾਰ ਕੌਣ ਕੌਣ ਹੋ ਜਿਹਨੂੰ ਮਾਰ ਕੇ ਆਇਆ ਹੋਰ ਬੜੇ ਬੰਦੇ ਵੇਖਣ ਡੇ ਮੈਂ ਇਕੱਲਾ ਹੀ ਨਾ ਮੇਰੇ ਨਾਲ ਕੋਈ ਬੰਦਾ ਹੀ ਨਾ ਲੈਣੀ ਨਾ ਦੇਣੀ ਮੈਂ ਇਕੱਲਾ ਹੀ ਉਹਨੂੰ ਮਾਰ ਗਿਆ ਮੈਂ ਆਪਣੇ ਤੇ ਉਹ ਗਰਾਊਂਡ 'ਚ ਮਾਰ ਗਿਆ ਗਰਾਊਂਡ 'ਚ ਮਾਰ ਗਿਆ ਪੰਜ ਫੈਰ ਮਾਰੇ ਇਹ ਬੰਦਾ ਇਹ ਗੱਲਾਂ ਕਰਦਾ ਸੀ ਕਿਉਂ ਬਾਬਾ ਰੱਬ ਹੈ ਹਾਂ ਅੱਛਾ ਪੰਜ ਇਹਨੂੰ ਤਦ ਮੈਂ ਫੈਰ ਮਾਰੇ ਨੇ ਬਾਬੇ ਨੂੰ ਰੱਬ ਬਣਾ ਕੇ ਬੈਠਾ ਤਾਂ ਯਾਰ ਸ਼ਿਰਕ ਕਰਨ ਦਾ ਸਿੱਧਾ ਸਿੱਧਾ ਯਾਨੀ ਅੱਲਾ ਦੀ ਜ਼ਾਤ 'ਚ ਸ਼ਿਰਕ ਕਰਨ ਦਾ ਸੀ ਤੂੰ ਤਦ ਉਹਨੂੰ ਮਾਰਿਆ ਤਦ ਮਾਰਿਆ ਸਹੀ ਤੇਰਾ ਆਪਣਾ ਤਾਂ ਨਹੀਂ ਕੋਈ ਲੈਣਾ ਦੇਣਾ ਮੇਰਾ ਕਦਰ ਹੋਰ ਕੋਈ ਯਾਨੀ ਕਿ ਤੇਰਾ ਉਹਦਾ ਨਹੀਂ ਹੈ ਹੋਰ ਕੋਈ ਸ਼ਿਰਕ ਦੀ ਵਜ੍ਹਾ ਤੋਂ ਸ਼ਿਰਕ ਦੀ ਵਜ੍ਹਾ ਤੋਂ ਮਾਰ ਦਾਦੀ ਦੁਸ਼ਮਣੀ ਤੇ ਕੋਈ ਨਹੀਂ ਕੋਈ ਦੁਸ਼ਮਣੀ ਕੋਈ ਹੋਰ ਤਾਂ ਨਾ ਹਲੋ ਹੈ ਨਹੀਂ ਹੈ ਕੋਈ ਹਲੋ ਹੈ ਨਹੀਂ ਦਰਬਾਰ ਮੈਂ ਤੇਰੇ ਬਾਬੇ ਨੂੰ ਬੜਾ ਮੰਨਦਾ ਵਾ ਫਲਾਣ ਠੀਕ ਮੈਂ ਚੱਲਾਂ ਉੱਥੇ ਤੇਰੇ ਬਾਬੇ ਕਹਿੰਦਾ ਬਾਬੇ ਨੂੰ ਮੰਨਿਆ ਕਰੋ ਫਲਾਣ ਠੀਕ ਹੈ ਬਾਬਾ ਜੀ ਸਭ ਕੁਛ ਬਾਬੇ ਦੀ ਵਜ੍ਹਾ ਦੁਨੀਆਂ ਚੱਲਣੀ ਜਦੋਂ ਬਾਬੇ ਦਾ ਹੁਕਮ ਹੋਣਾ ਰੱਬ ਨੂੰ ਕੋਈ ਨਹੀਂ ਮੁਹੰਮਦ ਸੱਲਮ ਤੋਂ ਬਾਅਦ ਬਾਬਾ ਇੱਡੀ ਗੱਲ ਉਹਨੇ ਜਦੋਂ ਕਹੀ ਮੇਰਾ ਦੋਸਤ ਦਿਮਾਗ ਫੁੱਲ ਖਤਾਬ ਹੋ ਗਿਆ ਮਾਰੇ ਨੇ ਉਹਨੂੰ ਮੈਂ ਫੈਲ ਕਰ ਦਿੱਤੇ ਮਾਰ ਜਾਣਾ ਕਿਤੇ ਹੋਰ ਨਹੀਂ ਬਾਕੀ ਆਪਣਾ ਡਰ ਮੈਨੂੰ ਪਤਾ ਜਦੋਂ ਆਣੀ ਹੈ ਰੱਬ ਵੱਲੋਂ ਉਦੋਂ ਆ ਜਾਂਦੀ ਹੈ ਦੋ ਦਿਨ ਪਹਿਲਾਂ ਗਈ ਤੇ ਦੋ ਦਿਨ ਬਾਅਦ ਤਦ ਮਾਰ ਮਾਰ ਕੇ ਆ ਗਿਆ ਚਲੋ ਤੇ ਮੁਮਕਿਨ ਹੈ ਬਾਕੀ ਤੂੰ ਸੁਣੇ ਨੇ ਠੀਕ ਅੱਛਾ ਕੀਤਾ ਤੂੰ ਕਰ